ਇਹ ਹਵੇਲੀ ਦੀ ਸ਼ਾਨ ਤੇ ਰੁਤਬੇ ਦਾ ਸਵਾਲ ਹੈ। ਬਈ ਸ਼ਰੀਕ ਤਾਂ ਸ਼ਰੀਕ ਹੀ ਹੁੰਦੇ ਨੇ। ਬਈ ਸ਼ਰੀਕ ਤਾਂ ਮਿੱਟੀ ਦਾ ਮਾਣ ਨਹੀਂ ਹੁੰਦਾ। ਤੇਰੀ ਜ਼ਮੀਨ ਸਾਹਮਣੇ ਨੂੰ ਬੈਠੇ ਨੇ ਹੋ ਸੌ ਹੱਥ ਰੱਸਾ ਤੇ ਸਿਰੇ ਤੇ ਡੰਡ ਤਾਂ ਇੱਕ ਮੁੰਡਾ ਨਹੀਂ ਜੰਮ ਸਕੀ। ਇਹ ਜੰਮ ਜੰਮ ਕੇ ਕੁੜਾ ਢੇਰ ਲਾਦਾ। ਅੱਜ ਜੱਗ ਦੀਆਂ ਨਜ਼ਰਾਂ ਤੋਂ ਡਰਦਾ ਹੈ, ਰਾਤ ਦੇ ਓਲਿਆਂ 'ਚ ਜੋ ਕਰਦਾ। 100 ਕਿਲੇ ਤੋਂ ਵੱਧ ਜ਼ਮੀਨ ਹੈ, ਕਿਸੇ ਨੰਗ ਨਾਲ ਨਹੀਂ ਤੋਰੀ ਮੈਂ ਆਪਣੀ ਧੀ। ਮਾਰਦੇ ਗੋਲੀ ਕਰਦੇ ਛੱਲਣੀ, 18 ਬਰੇ ਹੋ ਗਏ ਤੇਰੇ ਮੂੰਹ ਕੰਨੀ ਦੇਖਦੀ ਨੂੰ। ਅੱਜ ਵਾਰਸ ਦਿੰਨੀ ਹੈ, ਕੱਲ ਦਿੰਨੀ ਹੈ। ਉਦੋਂ ਤਾਂ ਕਹਿੰਦਾ ਸੀ ਹਵੇਲੀ ਵਾਲਿਆਂ ਦੇ ਵਿਆਹਣੀ ਹੈ, ਹੁਣ ਵੇਖ ਲਿਆ ਹਵੇਲੀ ਵਾਲਿਆਂ ਨੂੰ। ਸਰਦਾਰ ਸ਼ੇਰ ਪ੍ਰਤਾਪ ਸਿੰਘ ਦਾ ਘਰ ਹੈ। ਤੂੰ ਹਵੇਲੀ ਵਾਲਿਆਂ ਦੀ ਮਿੱਟੀ ਪਲੀਤ ਕਰਕੇ ਰੱਖਤੀ। ਇਹ ਗੱਲ ਹਵੇਲੀ ਚੋਂ ਬਾਹਰ ਨਹੀਂ ਜਾਣੀ ਚਾਹੀਦੀ। ਵੇ ਕੀ ਹੋ ਗਿਆ? ਓ ਬੇਬੇ ਮੁੰਡਾ ਹੋਇਆ, ਤੂੰ ਦਾਦੀ ਬਣ ਗਈ ਪੋਤੇ ਦੀ। ਅਸੀਂ ਉਹਦੇ ਮਾਂ ਬਾਪ ਹੈ। ਗੱਲ ਸੁਣ ਲਾ ਮੇਰੀ, ਕੰਨ ਖੋਲ ਕੇ ਜੋ ਤੂੰ ਦੇਖਿਆ ਨਾ ਸਭ ਭੁੱਲ ਜਾ, ਤੇ ਜੇ ਇਸ ਗੱਲ ਦੀ ਭਣਕ ਬਾਹਰ ਵੀ ਪਈ ਨਾ ਤਾਂ ਸਮਝ ਲਾ ਤੇਰੀ ਖੈਰ ਨਹੀਂ। ਤੇਰੇ ਅਰਗੀ ਤੇਰੀ ਕੋਈ ਗੱਲ ਪਚਾ ਕੇ ਨਹੀਂ ਰੱਖ ਸਕਦੀ। ਉਹ ਹੈ ਇਸ ਹਵੇਲੀ ਦਾ ਵਾਰਿਸ।